अस्सलाम वालेकुम जी एंड प्यार भरी सत श्री अकाल आदाब। मैं हाँ थोड़ा अपना होस्ट शाहिद जबीर बाबा जी और तुसी देख रहे हो रेडियो साडे वाला एंड वैब टीवी साडे वाला। वैब टीवी साडे वाला तुहाडे वास्ते एक प्रोग्राम लैके आया विछोड़ा। विछोड़ा असल विच अपनी धरती असी सारे पुत्र जिहड़े पंज दरियावां दे आ दरिया डाइवर्ट करके हुण तां ढाई रह गए ने टोटल ढाइया विचों भी पता नहीं हुण लगदा आ आस्ता आस्ता होर डाइवर्ट हो जाणगे ते पंज दरियावां दे पुत्र कहिण लग्गिआ वी इक वारी रोण आउंदा अपने आप दे उत्ते। ते इसे तरह 75 वरे पहले बहुत दुनिया अपने असली अबाई वतन अपने घर जिन्हां ने डेजर्ट्स नूं एक खेती का रूप दिता एक खलिआन का रूप दिता मरबियां दे भाव विच ओह जमीन जिहड़ी लोग छड्ड के इत्थों गए उन्हां लोगों के अंदर पीड़ता जिहड़ी है वह जदों मैं सुणदा ना एक लंबा अरसा हो गया हुण ते बार बार रिपीट करदे आं वी ओह आउंदी है कि एक दर्द एक जागदा है पंजाबियों वास्ते कि यार आखिर ये सारा कुछ पंजाबियों के नाल क्यों। भाई कक्कड़ साहब मक्कड़ साहब आए सी ऑन एयर तो उन्होंने नाल मैं एक प्रोग्राम किया सी पंजाब और पंजाबियत के बारे च सारे कहते सी कि तुसी बहुत भावक हो गए हो। अगर कोई असली पुत्र है पंजाब का अपने अंदर पीड़ता रखता हो पंजाब की धरती पंजाब की असी किसी नूं माड़ा नहीं कहिंदे फिर साड़ी धरती नूं वंडण दीआं गल्लां क्यों होंदियां रहिंदियां ने। चाहे ईस्ट है तो चाहे वैसट है कभी तीन टोटे हो जाते ने कभी चार हो जाते ने कभी पांच हो जाते ने यार बस करो बहुत हो गया है। कहिंदे आ कि शरीफ तो वध कोई बदमाश नहीं हुंदा कि जदों शरीफ जागदा है तो उहदे तो वध बदमाशी किसी की नहीं हुंदी। लिहाजा यह वंडियां जिहड़ियां ने जिथे तक हो गई ने कबूल तो वह भी नहीं सानू पंजाब दीआं वंडां जिहड़ियां ने वह भी कबूल नहीं जिहड़ियां पहले होईआं ने लेकिन कैफ होनी सी वरत गई सब अपने अपने घर खुश रहन लेकिन वह पीड़ता वह दर्द उहदा कोई तो उजाला किया जाए। इन्हां लोकां नूं जिहड़े लोग अपनी धरती तो अपनी माँ तो विछड़े ने उन्हां नूं किते ना किते तो थोड़ा जिन्ना रिलीफ दिता जाए कि वह आ के घट्टो घट अपने पिंड देख सकन अपने पिंड इत्थों जाके इंडिया च जाके देख सकन उत्थे वाले इत्थे वाले पिंड आके देख सकन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਿਛੋਕੜ ਇੱਥੋਂ ਦਾ ਆ ਸਾਡੇ ਵੱਡੇ ਵੱਡੇ ਇੱਥੋਂ ਪਏ ਸੀਗੇ ਅਸੀਂ ਜੜਾਂ ਵਿੱਚ ਕੱਤੀ ਚੱਕ 'ਚ ਰਹਿੰਦੇ ਸੀਗੇ ਸਾਡੇ ਵੱਡੇ ਅਤੇ ਸਾਨੂੰ ਦੱਸਦੇ ਹੁੰਦੇ ਸੀ ਵੀ ਉੱਥੇ ਸਾਡੇ 2 ਮਰਬੇ ਜ਼ਮੀਨ ਸੀ ਛੱਡ ਕੇ ਆਏ ਹਾਂ ਅਤੇ ਜਦੋਂ ਜਾਂਦੇ ਉੱਥੇ ਸਾਨੂੰ ਫਿਰ ਇੰਡੀਆ 'ਚ ਜ਼ਮੀਨ ਮੇਰੀ ਘੱਟ ਮਿਲੀ ਆ ਅਤੇ ਅਜੇ ਯਾਦ ਕਰਦੇ ਹਾਂ ਸਾਡੇ ਇੱਥੇ ਜਿਹੜੇ ਵੱਡੇ ਸੀ ਉਹ ਦੱਸਦੇ ਵੀ ਫਲਾਣਾ ਬੰਦਾ ਸਾਡਾ ਫਲਾਣਾ ਵਾਕਵ ਆ ਹੁਣ ਤਾਂ ਉਹ ਚਲੋ ਪੂਰੇ ਹੋ ਗਏ ਆ ਅਤੇ ਪਰ ਸਾਨੂੰ ਬੜਾ ਦੁੱਖ ਹੁੰਦਾ ਜਿੱਥੇ ਆਉਣ ਨੂੰ ਸਾਨੂੰ ਬੜਾ ਦਿੱਕਤ ਹੁੰਦੀ ਆ ਖੁੱਲ੍ਹੇ ਵੀਜ਼ੇ ਨੂੰ ਜਦੋਂ ਮਰਜ਼ੀ ਆ ਜਾਏ ਤਾਂ ਮਰ ਚੱਲ ਜਾਈਏ ਚਲੋ ਆਪਦਾ ਵੀਜ਼ੇ ਲੈਣ ਉਹਦਾ ਭੇਜ ਜਾ ਕਰ ਸਾਨੂੰ ਅਤੇ ਬੜੀ ਦਿੱਕਤ ਆਈ ਹੈ ਥੋੜ੍ਹੀ ਅਤੇ ਅਸੀਂ ਤੁਹਾਡੇ ਦਾਦੇ ਦਾ ਸਾਡੇ ਦਾਦੇ ਨਾਲ ਸਰੈਣ ਸਿੰਘ ਸੀ ਜੀ ਬਾਬੇ ਨਾਲ ਗੁਲਾਬ ਸਿੰਘ ਸੀਗਾ ਪੜਦਾਦੇ ਨਾਲ ਬਾਪ ਦਾ ਕਿੰਨੀ ਜ਼ਮੀਨ ਸੀ 2 ਮਰਬਾ 2 ਮਰਬੇ ਸੀ ਉੱਥੇ 1 ਮਰਬਾ ਮਿਲਿਆ ਸਾਨੂੰ ਫਿਰ ਕੱਟ ਕੇ ਇੱਕ ਮਿਲਿਆ 1 ਮਰਬਾ ਕੱਟ ਦਾ ਇਹ ਕੱਟ ਦਾ ਨਾ ਉਹ 3 ਭਰਾ ਸੀ ਉਹਨਾਂ ਫਿਰ 8-8 ਕਿੱਲੇ ਮਿਲੇ ਸੀਗੇ ਸਹੀ ਹਾਂਜੀ ਜ਼ਮੀਨ ਦਾ ਕੀਮਤ ਪਾ ਕੇ ਨਾ ਘਟਾਤੀ ਉਹਨਾਂ ਨੇ ਅਤੇ ਹੁਣ ਅਸੀਂ ਉੱਧਰ ਹੀ ਨਹੀਂ ਸਾਡੇ ਵੱਡੇ ਪੂਰੇ ਸਾਰੇ ਚਲੇ ਗਏ ਸੁਰਗਵਾਸ ਹੋ ਗਏ ਅਸੀਂ ਹਾਂ ਅਤੇ ਇਹ ਵੀ ਗੁਰੂ ਨਾਨਕ ਨੇ ਮੇਰੇ ਕਿਤੇ ਦਰਸ਼ਨ ਕਰ ਲਏ ਆ ਮੇਰੇ 70 ਸਾਲ ਦੀ ਏਜ ਹੋ ਗਈ ਆ ਪਹਿਲੀ ਵਾਰ ਆਏ ਜੀ ਉਹ ਵੀਜ਼ਾ ਮੈਨੇ ਅਪਲਾਈ ਕੀਤਾ ਮੇਰੇ ਵੀਜ਼ਾ ਮੇਰੇ ਕਿਹਾ ਮੇਰੇ ਨਾਲ ਘਰ 'ਚ ਆਈ ਆ ਦੋਵੇਂ ਆਈਆਂ ਸੀ ਕੀ ਦੱਸਦੇ ਸੀ ਪੁਰਖ ਚੱਕ ਕੱਤੀ ਬਾਰੇ ਉਹ ਕਹਿੰਦੇ ਬਹੁਤ ਵਧੀਆ ਇਲਾਕਾ ਵਧੀਆ ਸੀਗਾ ਜ਼ਮੀਨਾਂ ਪਾਣੀ ਪੈਂਦਾ ਸੀਗਾ ਨਹਿਰਾਂ ਦਾ ਪਾਣੀ ਪੈਂਦਾ ਸੀਗਾ ਖੁੱਲ੍ਹਾ ਇਲਾਕਾ ਸੀਗਾ ਕੋਈ ਭਿੰਨ ਭਿੰਨ ਵੀ ਆ ਮੁਸਲਮਾਨ ਆ ਹਿੰਦੂ ਆ ਸਿੱਖ ਇਕੱਠੇ ਰਹਿੰਦੇ ਕਹਿੰਦਾ ਅਤੇ ਉਹਨੇ ਘਰ ਜਾ ਕੇ ਰੋਟੀ ਪਾਣੀ ਖਾ ਲੈਂਦੇ ਉਹਨਾਂ ਸਾਡੇ ਬਾਪੂ ਨੇ ਇੱਕ ਮਾਸੀ ਬਣਾਈ ਸੀ ਕਹਿੰਦਾ ਮੈਂ ਉੱਧਰ ਸੁਣਦਾ ਹੁੰਦੇ ਰਾਤ ਉੱਧਰ ਰਹਿ ਪੈਣਾ ਉਹ ਉਹਨੇ 20 ਸਾਲ ਦੀ ਉਮਰ ਸੀ ਉਹ ਇੱਥੇ ਗਏ ਆ ਹੁਣ ਪੂਰੇ ਹੋ ਗਏ ਨੇ ਅਤੇ ਉਹ ਸਾਨੂੰ ਦੱਸਣਾ ਹੁੰਦੇ ਵੀ ਜੇ ਤੂੰ ਗਿਆ ਤੈਨੂੰ ਐਡਰੈਸ ਦੇਵਾਂ ਤਾਂ ਉੱਥੇ ਜਾਏਂ ਪਰ ਹੁਣ ਸਾਨੂੰ ਕੋਈ ਜਾਣਦਾ ਨਹੀਂ ਉਸ ਪਿੰਡ ਜਾਂਦੇ ਨਹੀਂ ਤੁਹਾਡੀ ਅਗਲੀ ਪੋਤ ਨੂੰ ਪਤਾ ਕਿ ਤੁਸੀਂ ਚੱਕ ਕੱਤੀ ਦਿਓ ਬੱਚਿਆਂ ਨੂੰ ਦੱਸਿਆ ਆਪਣਿਆਂ ਨੂੰ ਗਾਂ ਦੱਸੀ ਆ ਬੱਚਿਆਂ ਗੱਲਾਂ ਕਰਦੇ ਹੁੰਦੇ ਆ ਉਹ ਕਹਿੰਦੇ ਸਾਨੂੰ ਪਤਾ ਕਿੱਦਾਂ ਦੇ ਮੈਂ ਕੋਲ ਚੱਕ ਹੀ ਚੱਲਦੇ ਸੀਗੇ ਜਿਹੜੇ ਮੇਰਾ ਤੁਸੀਂ ਹੁਣ ਜਿਹੜਾ ਕਿੱਥੇ ਰਹਿੰਦੇ ਹੋ ਹੁਣ ਇਹ ਜਿਹੜੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਲਸੀਆਂ ਬਹੁਤ ਵੱਡਾ ਪਿੰਡ ਆ ਉਹਦੇ 8 ਪੰਚਾਇਤਾਂ ਆ ਉੱਥੇ ਰਹਿਣਾ ਮੈਂ ਬਿਜਲੀ ਬੋਰਡ ਦੇ ਸਰਵਿਸ ਕਰਦਾ ਰਿਹਾ ਰਿਟਾਇਰ ਹਾਂ ਹੁਣ ਬਿਜਲੀ ਮਹਿਕਮੇ 'ਚ ਉੱਥੋਂ ਮੈਂ ਰਿਟਾਇਰ ਹੋ ਗਿਆ ਹੁਣ ਵਿਹਲਾ ਸੀ ਮੈਂ ਕਿਹਾ ਚੱਲ ਦਰਸ਼ਨ ਕਰਿਆ ਨੇ ਮਹਾਰਾਜ ਮੇਰੇ ਤਮੰਨਾ ਸੀ ਮੈਂ ਨਨਕਾਣਾ ਸਾਹਿਬ 'ਤੇ ਇਹ ਧਰਤੀ ਵੇਖਣੀ ਆ ਕਿੱਦਾਂ ਦੀ ਚੱਲ ਰਹੀ ਹੈ ਯਾਤਰਾ ਯਾਤਰਾ ਬਹੁਤ ਆਨੰਦ ਬਹੁਤ ਆਇਆ ਫਿਰ ਤੁਹਾਡੀ ਫੋਰਸ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇੱਥੇ ਵੀ ਬੜਾ ਆਨੰਦ ਆਇਆ ਸਾਨੂੰ ਅਸੀਂ ਬਹੁਤ ਖੁਸ਼ ਹਾਂ ਜਿੱਦਾਂ ਮੀਡੀਆ ਪ੍ਰਚਾਰ ਕਰਦਾ ਕਿ ਪਾਕਿਸਤਾਨ ਜਾਓਗੇ ਤਾਂ ਇਹ ਹੋ ਜਾਊਗਾ ਪਾਕਿਸਤਾਨ ਜਾਓਗੇ ਤਾਂ ਉਹ ਹੋਗਾ ਕੋਈ ਗੱਲ ਤਾਂ ਨਹੀਂ ਉਦਾਂ ਦੀ ਹੋਈ ਅਸੀਂ ਬੜੇ ਖੁਸ਼ ਹਾਂ ਬਹੁਤ ਖੁਸ਼ ਹਾਂ ਸਾਨੂੰ ਸਹਿਯੋਗ ਹੀ ਬਹੁਤ ਦਿੱਤਾ ਤੁਹਾਡੇ ਲੋਕਾਂ ਨੇ ਇੱਥੇ ਮੋਬਾਈਲ ਗੁੰਮ ਹੋ ਗਿਆ ਮੋਬਾਈਲ ਮਿਲ ਗਿਆ
ਸਾਡੇ ਤੇ ਖੋ ਕੇ ਲੈ ਜਾਂਦੇ ਤੇ ਮਿਲ ਗਿਆ ਸਾਨੂੰ ਸਗੋਂ। ਅੱਛਾ ਮੋਬਾਈਲ ਮਿਲ ਗਿਆ। ਹਾਂ ਉਹ ਮੋਬਾਈਲ ਮਿਲ ਗਿਆ ਤੇ ਮੋਬਾਈਲ ਗਿਆ ਉਹ ਪੁੱਛ ਜੀ ਫਿਰ ਅਨਾਊਂਸਮੈਂਟ ਕਰਿਓ ਉਹ ਗ੍ਰੰਥੀ ਕੋਲ ਸੀ ਉਹ ਕਹਿੰਦਾ ਜੀ ਆਹ ਤੁਹਾਡਾ ਤਾਂ ਨਹੀਂ ਵੇਖ ਲਓ ਅਤੇ ਵੇਖਿਆ ਤਾਂ ਉਹ ਤਾਂ ਨਿਕਲਿਆ ਅਤੇ ਮੈਂ ਤਾਂ ਕਹਿੰਦਾ ਬਹੁਤ ਅੱਛਾ ਹੈ ਚੜ੍ਹਦੀ ਕਲਾ ਜਵੇ ਮੁਲਕ ਬਹੁਤ ਆਸਾਨ ਬਣਿਆ ਸਰ ਬਹੁਤ ਵਧੀਆ ਰਹੇ ਜੀ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਕੀ ਅਸੀਂ ਤੁਹਾਡੇ ਦਰਸ਼ਨ ਕਰ ਲਏ ਬੜੇ ਖੁਸ਼ ਹਾਂ ਬਾਬੇ ਨਾਨਕ ਨੇ ਕਰਾਏ ਆ ਚਲੋ ਤੁਹਾਨੂੰ ਯਾਦ ਕਰਾਂਗੇ ਉੱਥੇ ਜਾ ਕੇ ਅਸੀਂ ਬੜੀ ਮਿਹਰਬਾਨੀ ਮਹਾਰਾਜ ਜੀ।